ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਤੇ ਕਿਊਟ ਕਪਲ ਦੇ ਘਰ ਹੁਣ ਖੁਸ਼ੀ ਦਾ ਮਾਹੌਲ ਹੈ। ਦੱਸ ਦਈਏ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਮੋਮ ਤੇ ਡੈਡ ਬਣ ਗਏ ਨੇ। ਦੀਪਿਕਾ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਪਿਤਾ ਰਣਵੀਰ ਸਿੰਘ ਦਾ ਸੁਪਨਾ ਪੂਰਾ ਹੋ ਗਿਆ ਹੈ, ਕਿਉਂਕਿ ਰਣਵੀਰ ਸਿੰਘ ਚਾਹੁੰਦੇ ਸਨ ਕਿ ਉਹਨਾਂ ਦੇ ਘਰ ਦੀਪਿਕਾ ਵਰਗੀ ਪਿਆਰੀ ਜਿਹੀ ਧੀ ਆਵੇ, ਤਾਂ ਹੁਣ ਉਹਨਾਂ ਦੀ ਇੱਛਾ ਪੂਰੀ ਹੋ ਗਈ ਹੈ। ਇੱਥੇ ਵੀ ਦੱਸ ਦਈਏ ਕਿ ਬੀਤੇ ਦਿਨ ਹੀ ਦੀਪਿਕਾ ਪਾਦੂਕੋਣ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਹਨਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਸੀ। ਹੁਣ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਘਰ ਕਿਲਕਾਰੀਆਂ ਗੂੰਜ ਰਹੀਆਂ ਨੇ। ਮਾਤਾ ਪਿਤਾ ਬਣਨ ਤੋਂ ਬਾਅਦ ਦੋਵੇਂ ਅਦਾਕਾਰ ਬੇਹੱਦ ਖੁਸ਼ ਨਜ਼ਰ ਆਏ ਨੇ। ਪਰਿਵਾਰ ਦੇ ਵਿੱਚ ਵੀ ਜਸ਼ਨ ਦਾ ਮਾਹੌਲ ਹੈ। ਰਣਵੀਰ ਤੇ ਦੀਪਿਕਾ ਨੇ ਦੋ ਦਿਨ ਪਹਿਲਾਂ ਹੀ ਸਿੱਧੀ ਵਿਨਾਇਕ ਦੇ ਦਰਸ਼ਨ ਕੀਤੇ ਤੇ ਫਿਰ ਬੀਤੇ ਦਿਨ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ। ਦੀਪਿਕਾ ਦੀ ਪ੍ਰੈਗਨੈਂਸੀ ਦੇ ਦੌਰਾਨ ਰਣਵੀਰ ਕਈ ਥਾਈਂ ਦੀਪਿਕਾ ਨੂੰ ਸੰਭਾਲਦੇ ਨਜ਼ਰ ਵੀ ਆਏ ਸਨ। ਕਈ ਵੀਡੀਓਜ਼ ਤੇ ਕਈ ਫੋਟੋਜ਼ ਵਾਇਰਲ ਵੀ ਹੋਈਆਂ। ਹਾਲ ਹੀ 'ਚ ਦੀਪਿਕਾ ਨੇ ਪ੍ਰੈਗਨੈਂਸੀ ਫੋਟੋ ਸ਼ੂਟ ਵੀ ਕਰਵਾਇਆ ਸੀ। ਰਣਵੀਰ ਤੇ ਦੀਪਿਕਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਤੇ ਦੀਪਿਕਾ ਤੇ ਉਹਨਾਂ ਦੀ ਨੰਨੀ ਧੀ ਦੋਵੇਂ ਹੀ ਸਿਹਤਯਾਬ ਦੱਸੇ ਜਾ ਰਹੇ ਨੇ। ਦੋਵਾਂ ਨੂੰ ਹੀ ਧੀ ਦੇ ਜਨਮ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਸੋਸ਼ਲ ਮੀਡੀਆ ਤੇ ਵੀ ਇਹ ਖੁਸ਼ਖਬਰੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।